सब दुख जाए, सब दुख जाए। हमें दृष्ट शुभ करे हरे अघ पाप सकल मल, काम क्रोध हर लोभ मोह वस करे सब है बल। सदा सुख मन वसे दुख संसार है खोवे, गुर नव निध दरियाओ जन्म हम कालक तो। सो कहो टल गुरु सीवी एहनस सहज सुभा, दर्शन परसिए गुरु के हर नाम औखद मुख देवे, काटे जग की फंदा मेरा मैं गुरु गोविंदा, मैं गुरु गोविंदा, मेरा मैं गुरु गोविंदा, मैं गुरु गोविंदा।
रोज अरदास कहते हाँ श्री हर कृष्ण ध्याई है जिस जिठे सब दुख जाए सारा संसार रोगां दा भरिया होया है। साहब जी कहते जो जो दिसे सो सो रोगी रोग रहत मेरा सतगुरु जोगी। और जेड़ा रोग रहत है ओही किसे दुखी दा इलाज कर सकता है। श्री बंगला साहब जी दी पावन धरती जिथे मेरे साहिब सच्चे पातशाह जी ने पता नहीं किन्या किते दुख दूर किते जिन्हां नूं तन दीआं बीमारियां सन जिन्हां नूं मन दीआं बीमारियां सन ਉਹ ਸਾਰੇ ਦੁੱਖ ਨਿਵਰਤ ਹੋਏ। ਅੱਜ ਵੀ ਉਹ ਪਾਵਨ ਧਰਤੀ ਉਹ ਪਾਵਨ ਸਥਾਨ ਸੁਸ਼ੋਭਿਤ ਹੈ ਜਿੱਥੇ ਅੰਮ੍ਰਿਤ ਜਲ ਦੇ ਚੁੱਲ੍ਹੇ ਲੈ ਕੇ ਗੁਰੂ ਕੀਆਂ ਸੰਗਤਾਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਸੋ ਆਓ ਐਸੇ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਧਰੀਏ ਤੇ ਪਿਆਰ ਵਿੱਚ ਭਿੱਜ ਕੇ ਪੜ੍ਹੀਏ ਹਮਰਾ ਠਾਕੁਰ ਸਭ ਤੇ ਉੱਚਾ ਰਹਿਣ ਦਿਨਸ ਤਿਸ ਗਾਮੋਰੇ। ਸਾਹਿਬ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਗੁਰ ਪ੍ਰਸਾਦ ਮੇਰੇ ਮਨ ਵਸਿਆ ਜੋ ਮੰਗੋ ਸੋ ਪਾਵੋਗੇ। ਗੁਰੂ ਕੋਲੋਂ ਮਿਲਦਾ ਹੈ ਪਰ ਭਾਵਨਾ ਹੋਣੀ ਚਾਹੀਦੀ ਹੈ। ਆਓ ਭਾਵਨਾ ਬਣਾਈਏ ਪਿਆਰ ਨਾਲ ਇਹ ਪਵਿੱਤਰ ਸ਼ਬਦ ਪੜ੍ਹੀਏ ਉਪਰੰਤ ਇੱਕ ਦੋ ਸ਼ਬਦ ਹੋਰ ਗਾਇਨ ਕਰਕੇ ਆਪ ਜੀ ਪਾਸੋਂ ਖਿਮਾ ਦੇ ਜਾ ਚੁਕਾਵਾਂਗੇ ਕਿਉਂਕਿ ਸਮਾਂ ਕਾਫੀ ਲੇਟ ਹੋ ਚੁੱਕਾ। ਵੀਰ ਗੁਰਪ੍ਰੀਤ ਸਿੰਘ ਜੀ ਮੈਂ ਕਿੰਨਾ ਧੰਨ ਦੇ ਸੇਵਾਦਾਰ ਹਨ ਜਿਹੜੇ ਦਿਨ ਰਾਤ ਮੁਸ਼ਕਤ ਕਰਕੇ ਆਪ ਸੰਗਤਾਂ ਦੀ ਸੇਵਾ ਵਿੱਚ ਜੁੜੇ ਹੋਏ ਹਨ ਬਿਨਾਂ ਕਿਸੇ ਭਾਵਨਾ ਤੋਂ ਬਿਨਾਂ ਕਿਸੇ ਕਾਮਨਾ ਤੋਂ ਬਿਨਾਂ ਕਿਸੇ ਮੰਗ ਤੋਂ। ਕਿਉਂਕਿ ਇਹ ਵੀਰ ਭਾਈ ਸਾਹਿਬ ਜੀ ਨੇ ਹੁਣੇ ਜ਼ਿਕਰ ਕੀਤਾ ਸੀ ਕੈਂਟ ਕੀਰਤਨ ਸੁਸਾਇਟੀ ਪਰ ਮੈਂ ਇਹ ਸਮਝਦਾ ਹਾਂ ਕਿ ਸੱਚਮੁੱਚ ਅੰਮ੍ਰਿਤ ਵੇਲੇ 3 ਵਜੇ ਤੋਂ ਜਦੋਂ ਇਹ ਸਿੰਘ ਤੁਰਿਆ ਉੱਥੋਂ ਨਿਊ ਕਾਸਲ ਤੋਂ ਉਦੋਂ ਮੈਨੂੰ ਮੈਸੇਜ ਕੀਤਾ ਅੰਮ੍ਰਿਤ ਵੇਲੇ ਵੀ ਭਾਈ ਸਾਹਿਬ ਮੈਂ ਤੁਹਾਡੇ ਕੋਲ ਸੌਖਾ ਲਾ ਰਿਹਾ ਹਾਂ ਤੇ ਉਦੋਂ ਤੋਂ ਲੈ ਕੇ 440 ਅੱਜ ਸਾਰਾ ਦਿਨ ਉਹਦੀ ਵੀ ਤੇ ਨਾਲ ਸਾਡੀ ਵੀ ਤੇ ਅਸੀਂ ਕਈ ਵਾਰੀ ਥੱਕ ਜਾਂਦੇ ਪਰ ਇਹਨੂੰ ਥੱਕਦਿਆਂ ਕਦੀ ਨਹੀਂ ਵੇਖਿਆ। ਮਹਾਰਾਜ ਸੱਚੇ ਪਾਤਸ਼ਾਹ ਹੋਰ ਵਧੇਰੇ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਵੀਰ ਟੋਨੀ ਬੈਂਸ ਜੀ ਜਿਹੜੇ ਲੈਸਟਰ ਦੀ ਮੈਂ ਤੇ ਇੱਕ ਆਖਾਂਗਾ ਕਿ ਬਹੁਤ ਵੱਡੀ ਸ਼ਾਨ ਹਨ ਕਿ ਇਸ ਸ਼ਹਿਰ ਵਿੱਚ ਇਸ ਨਗਰ ਵਿੱਚ ਅਸੀਂ ਜਿੰਨੀ ਵਾਰੀ ਵੀ ਕੀਰਤਨ ਕਰਨ ਆਏ ਹਾਂ ਉਹ ਸਬੱਬ ਟੋਨੀ ਭਾਜੀ ਹੋਣਾ ਕਰਕੇ ਬਣਿਆ ਹੈ। ਮੈਂ ਇਹ ਨਹੀਂ ਕਹਿੰਦਾ ਕਿ ਸਾਰਿਆਂ ਦੀ ਹੀ ਬੜੀ ਵੱਡੀ ਇੱਕ ਯੋਗਦਾਨ ਹੈ ਬੜੀ ਵੱਡੀ ਦੇਣ ਹੈ ਪਰ ਕੁਛ ਐਸੀਆਂ ਰੂਹਾਂ ਹੁੰਦੀਆਂ ਹਨ ਜਿਹੜੇ ਮੂਹਰੇ ਲੱਗ ਕੇ ਆਪ ਅੱਗੇ ਲੱਗ ਕੇ ਉਸ ਕੰਮ ਨੂੰ ਨੇਪਰੇ ਚਾੜਦੇ ਹਨ। ਸੋ ਖੈਰ ਮੈਂ ਜ਼ਿਆਦਾ ਵਿਸਥਾਰ ਵਿੱਚ ਨਾ ਜਾਵਾਂ ਬਾਣੀ ਦਾ ਸ਼ਬਦ ਕੀਰਤਨ ਆਪਾਂ ਸਰਵਣ ਕਰੀਏ ਜੀ। ਆਓ ਕਰੋ ਕਿਰਪਾ ਸਾਰੇ ਪਿਆਰ ਨਾਲ ਪੜ੍ਹੀਏ
I'm not afraid.
जेहरा रोग मी
Thank you.
साई बोले Yeah.
जा चंद्र ने सोने की दुनिया।
I'm not afraid.
ਸਤਿਗੁਰੂ ਜੀ ਦੀ ਪਾਵਨ ਰੂਪ ਵਿੱਚ ਜੁੜ ਮਿਲ ਬੈਠੇ ਗੁਰੂ ਸਾਹਿਬ ਜੀ ਨੂੰ ਕਿਤਰੀ ਹਾਜ਼ਰੀ ਦੀ ਕਿਤਰੀ ਦਰਵਾਜ਼ ਕਰਦੇ ਨੇ ਸਤਿਕਾਰਯੋਗ ਮਾਨ ਖਾਂਦਾ ਕੇ ਮਹਾਨ ਗੁਰੂ